ਸ਼੍ਰੀਕਾਲ ਜੀ। ਇਹ ਤੁਸੀਂ ਵੇਖ ਰਹੇ ਜੇ ਇਹ ਬਗੀਚਾ ਵਾ ਜੀ, ਜਿਹੜੀ ਡਲਹੌਜ਼ੀ ਗਾਂਧੀ ਚੌਂਕ ਵਿੱਚ ਇੱਕ ਚਰਚ ਆ 1863 ਦੀ ਬਣੀ ਹੋਈ। ਇਹ ਉਹਦਾ ਬਾਹਰੀ ਵਿਊ ਆ। ਇਹ ਉਹਦਾ ਬਗੀਚਾ ਵਾ। ਇਹ ਬਿਲਕੁਲ ਸਾਹਮਣੇ ਇੰਡੋ ਤਿਬਤਨ ਮਾਰਕੀਟ ਦੇ ਬਿਲਕੁਲ ਸਾਹਮਣੇ ਸਿਚੁਏਟ ਆ ਉਹ ਮਾਰਕੀਟ ਦਾ ਬਾਹਰੀ ਦ੍ਰਿਸ਼। ਇਹ ਪੰਥ ਜੀ ਸਿੰਘ ਖਾਲਸਾ ਅਤੇ ਨਾਲ ਪੰਥ ਦੀ ਮਾਤਾ ਸ਼੍ਰੀ। ਆਨੰਦ ਪੂਰਾ ਆ ਰਿਹਾ ਜੀ। ਅਸੀਂ 11 ਵਜੇ ਇੱਥੇ ਪਹੁੰਚੇ ਹਾਂ ਜੀ। ਪੰਥ ਬੋਲ ਕੁਛ। ਪੰਜੀਤ ਬੋਲੋ, ਕਿਆ ਬੜਾ ਮਜ਼ਾ ਆ ਰਿਹਾ। ਪੰਥ ਬੋਲੋ, ਪਹਾੜ ਵੇਖੇ ਆ? ਦੱਸ, ਬੜਾ ਮਜ਼ਾ ਆਇਆ। ਵੇਖੇ ਪਹਾੜ? ਬੋਲਦੇ ਫਿਰ ਵਿੱਚ ਕਹਦੇ ਕੁਛ? ਕੋਈ ਨੀ, ਫਿਰ ਬੰਦਾਂਗੇ। ਚੌਂਕ ਦਾ ਨਾਂ ਗਾਂਧੀ ਚੌਂਕ ਕਿਉਂ ਆ? ਆਹ ਦੇਖ ਲਓ, ਇਹ ਉਹਦਾ ਐਂਟਰੈਂਸ ਹੈ ਗਿਰਜੇ ਦੀ। ਉਹਦੇ ਲਾਗੇ ਕੋਆਪਰੇਟਿਵ ਬੈਂਕ ਆ। ਕੋਆਪਰੇਟਿਵ ਬੈਂਕ ਬਿਨਾਂ ਹੀ ਜ਼ਿਆਦਾ ਹੰਸ ਰਾਜ ਮੈਮੋਰੀਅਲ ਲਾਇਬ੍ਰੇਰੀ ਆ। ਇਹ ਸ਼ਨੀਵਾਰ ਇੱਥੇ ਇਸ ਜਗ੍ਹਾ 'ਤੇ ਜਾਂ ਤਾਂ ਹਿਮਾਚਲ ਦਾ ਕਲਚਰ ਪ੍ਰੋਗਰਾਮ ਹੁੰਦਾ ਜਾਂ ਕੁਛ ਵੀ ਇੱਥੇ ਕੋਈ ਨਾ ਕੋਈ ਫੰਕਸ਼ਨ ਔਰਗਨਾਈਜ਼ ਕੀਤਾ ਹੁੰਦਾ।